ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ੇ ਕੰਮ ਦੇ ਦਰਸ਼ਕੋ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਆਪ ਜੀ ਨੂੰ ਜੀ ਆਖਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਸਲਾ ਜਿਵੇਂ ਇੱਕ ਹੀ ਵਿਵਾਦਕ ਪ੍ਰਚਾਰਕ ਜਿਹਨੂੰ ਆਪਾਂ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਨਾਂ ਦੇ ਨਾਲ ਵੀ ਜਾਣਦੇ ਹਾਂ ਅਤੇ ਵਿਵਾਦਾਂ ਦਾ ਜਿੱਦਾਂ ਉਹਨਾਂ ਨੂੰ ਬੜਾ ਸ਼ੌਂਕ ਆ ਨਾਂ ਰੱਖਣ ਦਾ ਜਾਂ ਕੋਈ ਨਾ ਕੋਈ ਵਿਵਾਦ ਇਹੋ ਜਿਹਾ ਪੈਦਾ ਕਰਨਾ ਕਿ ਮੇਰੇ ਬਾਰੇ ਜ਼ਰੂਰ ਬੋਲਿਆ ਜਾਵੇ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਅੱਜ ਦਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜਤਿੰਦਰ ਸਿੰਘ ਯੂ ਐੱਸ ਏ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਜਿਹੜੇ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਲਈ ਜੁੜੇ ਹੋਏ ਆ ਅਤੇ ਉਹਨਾਂ ਨਾਲ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਆਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਤੇ ਆਪ ਜੀ ਦੇ ਸੁਣਨ ਵਾਲੇ ਆਵਾਜ਼ੇ ਕੌਮ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਆਮ ਤੌਰ ਤੇ ਇਹ ਕਹਿੰਦੇ ਆ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਹਾ ਆਸ ਹੋ ਸਪਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਉਹ ਗੱਲ ਨੂੰ ਏਦਾਂ ਕਿਹਾ ਕਿ ਮਰ ਜਾਣਾ ਸ਼ਹੀਦੀ ਨਹੀਂ ਮਰ ਜਾਣਾ ਸ਼ਹੀਦੀ ਨਹੀਂ ਜਿਵੇਂ ਪਹਿਲਾਂ ਗੱਲ ਕਰਦੇ ਸੀਗੇ ਕਿ ਕਰਤਾਰਪੁਰ ਸਾਹਿਬ ਛੱਡਣਾ ਪਿਆ ਸ੍ਰੀ ਚੰਦ ਕਰਕੇ ਦੂਜੇ ਨੰਬਰ ਤੇ ਉਹ ਕਹਿੰਦੇ ਆ ਕਿ ਗੁਰੂ ਅਮਰਦਾਸ ਮਹਾਰਾਜ ਨੂੰ ਛੱਡਣਾ ਪਿਆ ਖਡੂਰ ਸਾਹਿਬ ਕਿਉਂਕਿ ਦਾਤੂ ਕਰਕੇ ਕਰਤਾਰਪੁਰ ਸਾਹਿਬ ਛੱਡਣ ਦੀ ਗੱਲ ਹੋਈ ਆ ਉੱਥੇ ਜਿਹੜੇ ਸਾਹਮਣੇ ਆ ਉਹ ਆਪਣੇ ਨੇ ਹਾਂਜੀ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਖਡੂਰ ਸਾਹਿਬ ਛੱਡਿਆ ਆ ਤੇ ਦਾਤੂ ਦਾ ਕਰਕੇ ਮਤਲਬ ਉਹ ਵੀ ਆਪਣੇ ਨੇ ਜਿੱਥੇ ਮਹਾਰਾਜ ਆਪਣਿਆਂ ਨਾਲ ਲੜਨਾ ਨਹੀਂ ਚਾਹੁੰਦੇ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ ਨੇ ਉਹਨਾਂ ਨੇ ਗੱਲ ਕੀਤੀ ਵੀ ਗੋਂਦਵਾਲ ਸਾਹਿਬ ਛੱਡ ਦਿੱਤਾ ਮੋਹਣੀ ਕਰਕੇ ਤੇ ਬਾਬਾ ਮੋਹਣੀ ਜੀ ਵੀ ਆਪਣੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਛੱਡਿਆ ਉਹ ਕਹਿੰਦੇ ਪਿਰਥੀਏ ਕਰਕੇ ਉਹ ਵੀ ਆਪਣੇ ਨੇ ਜਦੋਂ ਆਪਾਂ ਸੁਣਦੇ ਹਾਂ ਭਾਈ ਰਣਜੀਤ ਸਿੰਘ ਨੂੰ ਤੇ ਉਦੋਂ ਐਂ ਲੱਗਦਾ ਹੁੰਦਾ ਵੀ ਸ਼ਾਇਦ ਕਿਤੇ ਇਹਨਾਂ ਨੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਿਆ ਹੁੰਦਾ ਸਾਡੇ ਕੋਲੋਂ ਤਾਂ ਹੋਰ ਬਹੁਤ ਕੰਮ ਨੇ ਪਰ ਅਸੀਂ ਆਪਣੇ ਪ੍ਰਚਾਰਕਾਂ ਨੂੰ ਹੀ ਜਦੋਂ ਇਹੋ ਜਿਹੀਆਂ ਗੱਲਾਂ ਸਮਝਾਉਂਦੇ ਰਹਾਂਗੇ ਤੇ ਸੰਗਤ ਨੂੰ ਸਾਨੂੰ ਕਦੋਂ ਟਾਈਮ ਮਿਲੂਗਾ ਸਮਝਾਉਣ ਦਾ ਸੰਗਤ ਨੂੰ ਸੇਧ ਕਦੋਂ ਦੇਵਾਂਗੇ ਜਤਿੰਦਰ ਸਿੰਘ ਜੀ ਜਿੱਦਾਂ ਇਹਨਾਂ ਨੇ ਸ਼ਹੀਦੀ ਲਫ਼ਜ਼ ਦੀ ਜਿਹੜੀ ਉਹਨੂੰ ਮਤਲਬ ਭੰਨਿਆ ਤੋੜਿਆ ਆ ਤੇ ਜਾਂ ਇਹ ਵੀ ਲਫ਼ਜ਼ ਜਿੱਦਾਂ ਬਈ ਜਣੇ ਖਣੇ ਨੂੰ ਸ਼ਹੀਦ ਕਹਿ ਦਿੰਦੇ ਆ ਤਦ ਤੱਕ ਕਹਿ ਦੇਣਾ ਕਿ ਜਿਹੜਾ ਮਰਨ ਨੂੰ ਮੈਂ ਮੌਤ ਨਹੀਂ ਕਹਿੰਦਾ ਜੇ ਤੁਸੀਂ ਮਰਨ ਨੂੰ ਮੌਤ ਨਹੀਂ ਕਹਿੰਦੇ ਭਾਈ ਰਣਜੀਤ ਸਿੰਘ ਜੀ ਜੇ ਤੁਸੀਂ ਸੋਚਦੇ ਹੋ ਕਿ ਬੰਦਾ ਮਰਨ ਤੋਂ ਬਾਅਦ ਸ਼ਹੀਦ ਨਹੀਂ ਹੁੰਦਾ ਤੇ ਫਿਰ ਤੁਹਾਡਾ ਹੀ ਭਾਈ ਭੁਪਿੰਦਰ ਸਿੰਘ ਆ ਤੁਸੀਂ ਆਪਣੇ ਭਾਈ ਭੁਪਿੰਦਰ ਸਿੰਘ ਦੇ ਮਰਨ ਤੋਂ ਬਾਅਦ ਸ਼ਹੀਦੀ ਲਾਉਂਦੇ ਹੋ ਭਾਈ ਭੁਪਿੰਦਰ ਸਿੰਘ ਨੂੰ ਜਿਹੜਾ ਕਿ ਜਿਹੜਾ ਜਿਹੜਾ ਕਿ ਜੰਗ ਨਹੀਂ ਸੀ ਕਰਨ ਗਿਆ ਕੋਈ ਸਿੱਖ ਕੌਮ ਲਈ ਪੰਥ ਲਈ ਕੋਈ ਕਾਰਜ ਨਹੀਂ ਸੀ ਕਰਨ ਗਿਆ ਇੱਦਾਂ ਨਾ ਕਰੋ ਕਿ ਆਪਣੇ ਆਪ ਨੂੰ ਉੱਚਾ ਕਰਨ ਦੇ ਲਈ ਕਿਸੇ ਚੀਜ਼ ਨੂੰ ਤੁਹਾਨੂੰ ਕਿਸੇ ਸਿਧਾਂਤ ਨੂੰ ਜਾਂ ਕਿਸੇ ਸ਼ਬਦ ਨੂੰ ਤੁਹਾਨੂੰ ਨੀਵਾਂ ਕਰਨਾ ਪਵੇ ਤਾਂ ਇਹ ਸਮਝ ਲਓ ਵੀ ਕਮੀਆਂ ਤੁਹਾਡੇ ਚ ਨੇ ਹਾਂ ਜਤਿੰਦਰ ਸਿੰਘ ਇੱਥੇ ਇੱਕ ਗੱਲ ਉਹਨਾਂ ਨੇ ਭਾਈ ਰਣਜੀਤ ਸਿੰਘ ਉਹਨਾਂ ਨੇ ਬੜੀ ਜਿੱਦਾਂ ਮਤਲਬ ਉੱਦਾਂ ਤੋਂ 6 ਜੂਨ ਦੇ ਜਦੋਂ ਮਤਲਬ ਸ਼ਹੀਦੀ ਦਿਹਾੜਾ ਸੀ ਉਦੋਂ ਵੀ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਕੀ ਦੇਣੀ ਸੀਗੀ ਉਦੋਂ ਵੀ ਉਹਨਾਂ ਨੇ ਇਹ ਗੱਲ ਮਤਲਬ ਕਿਹਾ ਕਿ ਉਹ ਦੂਰ ਅੰਦੇਸ਼ੀ ਨਹੀਂ ਸੀਗੇ ਉਹਨਾਂ ਨੂੰ ਦੂਰ ਅੰਦੇਸ਼ੀ ਦੇ ਨਾਲ ਸੋਚਣਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਉਹੀ ਗੱਲ ਨੂੰ ਉਹਨਾਂ ਨੇ ਦੁਬਾਰਾ ਰਿਪੀਟ ਕੀਤੀ ਇਹ ਨਹੀਂ ਸਮਝ ਲੱਗਦੀ ਵੀ ਉਹ ਕਿੱਧਰੋਂ ਆ ਉਹ ਪੰਥ ਦਾ ਹਿੱਸਾ ਨੇਗੇ ਜਾਂ ਆਪਣੇ ਆਪ ਨੂੰ ਸਮਝਦੇ ਨੇਗੇ ਪੰਥ ਦਾ ਹਿੱਸਾ ਵੀ ਆਪਣੇ ਆਪ ਨੂੰ ਇੱਕ ਵੱਖਰੀ ਧਿਰ ਜਾਂ ਆਪਣਾ ਵੱਖਰਾ ਉਹ ਧਰਮ ਸਮਝਦੇ ਆ ਕੀ ਆ ਜੇ ਸ਼ਹੀਦ ਆ ਉਹ ਤਾਂ ਸਾਰੀ ਕੌਮ ਦੇ ਹੀ ਆ ਸਾਰੇ ਹੀ ਆ ਵਿੱਚ ਇਹ ਤਾਂ ਹੈ ਨੀਗਾ ਵੀ ਜੇ 1984 ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਜਾਂ ਪਹਿਲਾਂ ਹੋਏ ਆ ਅਖੀਰ 'ਤੇ ਉਹ ਮਤਲਬ ਜਿਹੜੀ ਗੱਲ ਨੂੰ ਫਿਰ ਲਿਆ ਕੇ ਲੋਕਾਂ ਦੇ ਦਿਮਾਗ 'ਚ ਇੱਦਾਂ ਪਾਉਣਾ ਚਾਹੁੰਦੇ ਆ ਵੀ ਮੈਂ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਸ਼ਹੀਦ ਮੰਨਦਾ ਅਤੇ ਮੈਂ ਤਾਂ ਹਰ ਗੁਰੂ ਨੂੰ ਸ਼ਹੀਦ ਮੰਨਦਾ ਉਹਨਾਂ ਨੂੰ ਸ਼ਹੀਦ ਕਿਉਂ ਨਹੀਂ ਕਿਹਾ ਜਾਂਦਾ ਭਗਤ ਕਬੀਰ ਜੀ ਨੂੰ ਸ਼ਹੀਦ ਕਿਉਂ ਨਹੀਂ ਕਿਹਾ ਜਾਂਦਾ ਹੋਰ ਕਾਫੀ ਭਗਤਾਂ ਦੇ ਉਹਨਾਂ ਨੇ ਨਾਂ ਲਿਆ ਉਹਨਾਂ ਨੂੰ ਸ਼ਹੀਦ ਕਿਉਂ ਨਹੀਂ ਕਹਿੰਦੇ ਮੈਂ ਤਾਂ ਉਹਨਾਂ ਨੂੰ ਕਹਿੰਦੇ ਸ਼ਹੀਦ ਕਹੂੰਗਾ ਇਹ ਮੇਰਾ ਮੰਨਣਾ ਹੈ ਥੋੜਾ ਜਿਹਾ ਸਮਾਂ ਕੱਢਣ ਹਰਿਮੰਦਰ ਸਾਹਿਬ ਜਾਣ ਉੱਥੇ ਅਜਾਇਬ ਘਰ ਤੇ ਜਾਣ ਹਾਂਜੀ ਅਜਾਇਬ ਘਰ ਦੇ ਵਿੱਚ ਜਿਹੜੀਆਂ ਉੱਥੇ ਤਸਵੀਰਾਂ ਲੱਗੀਆਂ ਨੇ ਸ਼ਹੀਦਾਂ ਸਿੰਘਾਂ ਦੀਆਂ ਠੀਕ ਜਾ ਕੇ ਪਹਿਲਾਂ ਉਹਨਾਂ ਦੇ ਦਰਸ਼ਨ ਕਰਨ ਸਵਾਲ ਖੜਾ ਕਰਨ ਦਾ ਫਾਇਦਾ ਤਾਂ ਆ ਜਦੋਂ ਤੁਸੀਂ ਕੋਈ ਖੋਜ ਕੀਤੀ ਹੈ ਹਾਂਜੀ ਜੇ ਬਿਨਾਂ ਖੋਜ ਤੋਂ ਤੁਸੀਂ ਸ਼ਹੀਦੀ ਦਾ ਸੰਕਲਪ ਸ਼ਹੀਦੀ ਦਾ ਅਰਥ ਹੀ ਵਿਗਾੜ ਸਕਦੇ ਹੋ ਹਾਂਜੀ ਤਾਂ ਫਿਰ ਇਹੋ ਜਿਹੀਆਂ ਗੱਲਾਂ ਤਾਂ ਕੋਮਨ ਸੈਂਸ ਹੀ ਆ ਇਹਨਾਂ ਵਾਸਤੇ ਵਿਗਾੜਨੀਆਂ ਆਪਾਂ ਗੱਲ ਕਰੀਏ ਸਿੱਧੇ ਤੌਰ ਤੇ ਭਾਈ ਰਣਜੀਤ ਸਿੰਘ ਜਿਵੇਂ ਕਹਿਣਾ ਚਾਹੁੰਦੇ ਆ ਕਿ ਟਕਸਾਲ ਵਾਲਿਆਂ ਨੇ ਆਪਣੀ ਪਕੜ ਮਜ਼ਬੂਤ ਕਰਨ ਵਾਸਤੇ ਆਪਣੀਆਂ ਜਥੇਬੰਦੀਆਂ ਨੂੰ ਉੱਪਰ ਲਿਆਉਣ ਵਾਸਤੇ ਆਪਣੇ ਸ਼ਹੀਦਾਂ ਨੂੰ ਮੂਹਰੇ ਰੱਖ ਕੇ ਸਾਡੇ ਤੇ ਠੋਪਣ ਦੀ ਕੋਸ਼ਿਸ਼ ਕੀਤੀ ਇਹ ਗੱਲ ਗਲਤ ਆ ਪਰ ਉਹ ਜਿੱਦਾਂ ਟਕਸਾਲ ਦਾ ਤਾਂ ਨਾਂ ਹੀ ਨਹੀਂ ਲੈਂਦੇ ਉਹ ਕਹਿੰਦੇ ਜੀ ਤੁਹਾਡੇ ਤੁਹਾਡੇ ਉਹ ਕਿਹਨੂੰ ਕਹਿੰਦੇ ਆ ਮੇਰਾ ਇਹ ਆ ਸਵਾਲ ਉਹ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਉਹ ਸਿੱਧੇ ਤੌਰ ਤੇ ਕਹਿਣਾ ਤਾਂ ਟਕਸਾਲ ਨੂੰ ਚਾਹੁੰਦੇ ਆ ਹਾਂ ਅੱਛਾ ਜੀ ਸਿੱਧੇ ਤੌਰ ਤੇ ਕਹਿਣਾ ਟਕਸਾਲ ਨੂੰ ਚਾਹੁੰਦੇ ਆ ਪਰ ਉਹ ਥੋੜਾ ਜਿਹਾ ਤਰੀਕਾ ਹੁੰਦਾ ਅੱਛਾ
तरीके जो तुसी सारी गल उन्हां दी समझण दी कोशिश करोगे हाँ। तो जेड़े बंदे भी उन्हां दा विरोध करदे चाहे उन्होंने कदी टकसाल देखी भी ना हो ठीक है ਉਹ ਕਦੀ ਵਿਚਾਰੇ ਟਕਸਾਲ ਦੇ ਮੂਹਰਿਓਂ ਦੀ ਨਾ ਲੰਘੇ ਹੋਣ ਤੇ ਉਹ ਬੰਦੇ ਜੇ ਉਹਨਾਂ ਨੂੰ ਇਹ ਗੱਲ ਇਹਨਾਂ ਦੀ ਨਾ ਚੱਜਦੀ ਲੱਗਦੀ ਹੋਵੇ ਵੀ ਸਿਆਣੀ ਨਾ ਲੱਗਦੀ ਹੋਵੇ ਤੇ ਇਹਨਾਂ ਦਾ ਵਿਰੋਧ ਕਰ ਲੈਣ ਤੇ ਉਹ ਬੰਦੇ ਇਹਨਾਂ ਦੀ ਨਜ਼ਰ ਦੇ ਵਿੱਚ ਸਾਰੇ ਟਕਸਾਲ ਦੇ ਨੇ ਮਤਲਬ ਉਹਨਾਂ ਦਾ ਸਿੱਧਾ ਟਾਰਗੇਟ ਇਹ ਹੁੰਦਾ ਵੀ ਟਕਸਾਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾਵੇ ਦੇਖੋ ਇਹਨਾਂ ਦਾ ਇਕੱਲਾ ਟਾਰਗੇਟ ਨਹੀਂ ਭਾਈ ਸਾਹਿਬ ਹਾਂ ਇਹਨਾਂ ਦਾ ਇਕੱਲਾ ਟਾਰਗੇਟ ਨਹੀਂ ਹੈਗਾ ਇਹ ਨਾ ਸਾਰਾ ਗੌਰਮੈਂਟਾਂ ਤੋਂ ਸ਼ੁਰੂ ਹੋ ਕੇ ਜਿੰਨੇ ਕੁ ਲੋਕ ਖੜੇ ਕੀਤੇ ਜਾਂਦੇ ਆ ਉਹਨਾਂ ਸਾਰਿਆਂ ਦਾ ਨਿਸ਼ਾਨਾ ਜਿਹੜਾ ਆ ਨਾ ਉਹ ਟਕਸਾਲ ਇਹਦੇ ਵਿੱਚ ਤੁਸੀਂ ਮਿਸ਼ਨਰੀਆਂ ਨੂੰ ਰੱਖ ਲਓ ਪਹਿਲਾਂ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਦੇਖ ਲਿਆ ਉਹਨਾਂ ਦੇ ਕੋਲੋਂ ਗੱਲ ਬਣੀ ਕੋਈ ਨੀ ਉਹਨਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਖੜਾ ਕਰ ਦਿੱਤਾ ਸਾਡੇ ਸਾਹਮਣੇ ਤਾਂ ਇਹਨੇ ਵੀ ਆਪਣਾ ਪੂਰਾ ਜ਼ੋਰ ਲਾ ਕੇ ਦੇਖ ਲਿਆ ਅੱਡੀ ਚੋਟੀ ਦਾ ਟਕਸਾਲ ਜਿਵੇਂ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਵੇਂ ਦੀ ਉਵੇਂ ਉੱਥੇ ਦੀ ਉੱਥੇ ਖੜੀ ਆ ਇਹਨਾਂ ਨੇ ਇੱਕ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਾਂ ਹਾਂ ਠੀਕ ਹੈ ਉਹਦੇ 'ਚ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉੱਥੋਂ ਛੱਡ ਕੇ ਚਲੇ ਗਏ ਹਾਂਜੀ ਦੇਖੋ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਾਂ ਗੱਲ ਕਰੀਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੰਗਾਣੀ ਦਾ ਜੰਗ ਕੀਤਾ ਠੋਕ ਕੇ ਹਾਂਜੀ ਭੰਗਾਣੀ ਦੇ ਪਹੁੰਟਾ ਸਾਹਿਬ ਤੇ ਜਦੋਂ ਜੰਗ ਹੁੰਦੀ ਆ ਤਾਂ ਜਦੋਂ ਉੱਥੋਂ ਰਾਜਾ ਬਾਈ ਧਾਰ ਦੇ ਰਾਜੇ ਭੀਮ ਚੰਦ ਹੋਣੀ ਜਦੋਂ ਉੱਥੋਂ ਲੰਘਦੇ ਨੇ ਪਹੁੰਟਾ ਸਾਹਿਬ ਤੋਂ ਲੰਘ ਕੇ ਅੱਗੇ ਜਾਣਾ ਚਾਹੁੰਦੇ ਨੇ ਅੱਗੇ ਜਾ ਕੇ ਆਪਣੇ ਲੜਕੇ ਦਾ ਵਿਆਹ ਕਰਨਾ ਤੇ ਗੁਰੂ ਸਾਹਿਬ ਨੇ ਰਸਤਾ ਰੋਕ ਲਿਆ ਠੀਕ ਗੁਰੂ ਸਾਹਿਬ ਕਹਿੰਦੇ ਐਂ ਦੀ ਤਾਂ ਲੰਘਣ ਨਹੀਂ ਦੇਣਾ ਤੈਨੂੰ ਅਸੀਂ ਤੇ ਉਹਨੇ ਆਪਣੇ ਵਜ਼ੀਰ ਦੇ ਨਾਲ ਆਪਣੇ ਪੁੱਤਰ ਨੂੰ ਭੇਜਿਆ ਕਿਉਂਕਿ ਵਜ਼ੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਾਸਕ ਸੀਗਾ ਵਜ਼ੀਰ ਨੇ ਸਲਾਹ ਦਿੱਤੀ ਵੀ ਤੂੰ ਆਪਣੇ ਪੁੱਤਰ ਨੂੰ ਮੇਰੇ ਨਾਲ ਭੇਜ ਦੇ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਤੇਰੇ ਪੁੱਤਰ ਨੂੰ ਗੁਰੂ ਸਾਹਿਬ ਦੇ ਕੋਲੋਂ ਦੀ ਲੈ ਕੇ ਉਹਨਾਂ ਦੇ ਕੋਲੋਂ ਲੰਘਾ ਕੇ ਤੇ ਤੇਰੇ ਪੁੱਤਰ ਦਾ ਜਿਹੜਾ ਵਿਆਹ ਆ ਇਹ ਸਮੇਂ ਸਿਰ ਕਰਾ ਦੂੰਗਾ ਜਿਹੜਾ ਜਿਹੜਾ ਸਾਹਾ ਮਿਥਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਦੋਂ ਦੀ ਲੰਘਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਕਿ ਅੱਜ ਜੇ ਅਸੀਂ ਚਾਹੀਏ ਤੇ ਤੈਨੂੰ ਵੀ ਬੰਦੀ ਬਣਾ ਕੇ ਰੱਖ ਸਕਦੇ ਹਾਂ ਪਰ ਅਸੀਂ ਇਹ ਕੰਮ ਨਹੀਂ ਕਰਦੇ ਜਿਹੜੀਆਂ ਵਧੀਕੀਆਂ ਤੇਰੇ ਪਿਓ ਨੇ ਸਾਡੇ ਨਾਲ ਕੀਤੀਆਂ ਆ ਉਹਨਾਂ ਦਾ ਬਦਲਾ ਅਸੀਂ ਤੇਰੇ ਪਿਓ ਕੋਲੋਂ ਹੀ ਲਵਾਂਗੇ ਠੀਕ ਹੈ ਤਾਂ ਉੱਥੋਂ ਲੰਘਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਲਕੁਲ ਆਪਣੇ ਸ਼ਾਨੋ ਸ਼ੌਕਤ ਨਾਲ ਕਿਸੇ ਦੀ ਜੁੱਤ ਨਹੀਂ ਪਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੰਚ ਭਰ ਵੀ ਇੱਧਰ ਉੱਧਰ ਕਰ ਸਕਣ ਹਾਂਜੀ ਦੂਜੀ ਗੱਲ ਜਦੋਂ ਆਨੰਦਪੁਰ ਸਾਹਿਬ ਦੀ ਗੱਲ ਆਉਂਦੀ ਆ ਇਹ ਤਾਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਕਰ ਲੈਂਦੇ ਨੇ ਪਰ ਪਹੁੰਟਾ ਸਾਹਿਬ ਨਹੀਂ ਛੱਡ ਠੀਕ ਹੈ ਫਿਰ ਜਦੋਂ ਆਨੰਦਪੁਰ ਸਾਹਿਬ ਦੀ ਗੱਲ ਆਉਂਦੀ ਆ ਤੇ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਦੇਖੋ ਕਿੰਨਾ ਚਿਰ ਘੇਰਾ ਪਿਆ ਰਿਹਾ 7 ਮਹੀਨੇ 8 ਮਹੀਨੇ ਘੇਰਾ ਪਿਆ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਛੱਡ ਕੇ ਗਏ ਹਾਂਜੀ ਉਹਨਾਂ ਨੇ ਤਰਲੇ ਮਿੰਟਾਂ ਕੀਤੀਆਂ ਬਾਈ ਧਾਰ ਦੇ ਬੰਦਿਆਂ ਨੇ ਗਊ ਲਿਆਂਦੀ ਗਊ ਲਿਆ ਕੇ ਇੱਕ ਇੱਕ ਛੁਰੀ ਰੱਖੀ ਨਾਲ ਛੁਰੀ ਗਊ ਦੇ ਲਾਗੇ ਛੁਰੀ ਰੱਖਣ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਇਹਦੀ ਸਹੁੰ ਖਾਂਦੇ ਹਾਂ ਕਿ ਜਿੰਨਾ ਪਾਪ ਗਊ ਨੂੰ ਛੁਰੀ ਦੇ ਨਾਲ ਕਤਲ ਕਰਨ ਦਾ ਆ ਉਹਨਾਂ ਸਾਨੂੰ ਪਾਪ ਲੱਗੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਨਹੀਂ ਛੱਡਣਾ ਚਾਹੁੰਦੇ ਉਹਨਾਂ ਦੇ ਧਰਮ ਦੀ ਰਾਖੀ ਕਰਕੇ ਉਹਨਾਂ ਦੇ ਧਰਮ ਨੂੰ ਪਿਆਰ ਕਰਕੇ ਕਿ ਧਰਮ ਦੀ ਕੋਈ ਗਲਤੀ ਨਹੀਂ ਇਹਦੇ ਵਿੱਚ ਜੇ ਇਹਨਾਂ ਨੇ ਸਹੁੰਾਂ ਵੀ ਖਾ ਲਈਆਂ ਆ ਤਾਂ ਅਸੀਂ ਧਰਮ ਦੇ ਕਾਰਨ ਕਰਕੇ ਇਹ ਆਨੰਦਪੁਰ ਸਾਹਿਬ ਵੀ ਛੱਡ ਰਹੇ ਹਾਂ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਿਆ ਨਾ ਕਿ ਮਹਾਰਾਜ ਨੇ ਕਿਸੇ ਚੀਜ਼ ਦਾ ਸਮਝੌਤਾ ਕੀਤਾ ਕਿ ਅਸੀਂ ਆਪਣੇ ਸਿੱਖ ਬਚਾਉਣੇ ਸਿੰਘ ਬਚਾਉਣੇ ਟੀਵੀ ਮਾਧੀ ਮਰਾਵੀ ਕਹਿਣਾ ਚਾਹੁੰਦਾ ਸਾਰੀ ਸੰਗਤ ਹਾਂਜੀ ਜਦੋਂ ਵੀ ਭਾਈ ਰਣਜੀਤ ਸਿੰਘ ਜੀ ਤੁਸੀਂ ਕੁਛ ਵੀ ਬਿਆਨ ਦਿੰਦੇ ਹੋ ਕੋਈ ਇਤਿਹਾਸ ਦਾ ਪੱਖ ਸਾਹਮਣੇ ਰੱਖਦੇ ਹੋ ਹਾਂਜੀ ਤੁਸੀਂ ਜਿਵੇਂ ਭਾਈ ਸੰਤੋਖ ਸਿੰਘ ਹੁਣਾਂ ਦਾ ਗ੍ਰੰਥ ਆ ਉਹਨੂੰ ਤੁਸੀਂ ਨਕਾਰ ਚੁੱਕੇ ਹੋ ਮੰਨਦੇ ਨੀ ਤੁਸੀਂ ਮੇਰਾ ਸਵਾਲ ਆ ਇਹਨਾਂ ਦੇ ਫੋਲੋਵਰਾਂ ਨੂੰ ਇਹਨਾਂ ਦੀ ਸੰਗਤ ਨੂੰ ਇਹਨਾਂ ਦੇ ਜਿੰਨੇ ਪੈਰੋਕਾਰ ਬੰਦੇ ਠੀਕ ਕਿ ਤੁਸੀਂ ਜਦੋਂ ਭਾਈ ਸੰਤੋਖ ਸਿੰਘ ਹੁਣਾਂ ਦਾ ਗ੍ਰੰਥ ਨਹੀਂ ਮੰਨਦੇ ਤੇ ਤੁਸੀਂ ਕਿਸ ਬੇਸ ਤੇ ਕਿਸ ਆਧਾਰ ਤੇ ਇਹੋ ਜਿਹੀਆਂ ਕਹਾਣੀਆਂ ਸੁਣਾਓ ਇਹ ਜਤਿੰਦਰ ਸਿੰਘ ਜੀ ਆਪ ਹੀ ਜਿੱਦਾਂ ਕਨਫਿਊਜ਼ ਬੰਦਾ ਘੁੰਮਣ ਘੇਰੀ ਚ ਪਿਆ ਹੁੰਦਾ ਕਦੇ ਤਾਂ ਉਹ ਚੀਜ਼ ਨੂੰ ਮੰਨਦੇ ਨੇਗੇ ਇਤਿਹਾਸ ਨੂੰ ਮੰਨਦੇ ਨੇਗੇ ਜਿਹੜੀਆਂ ਗੱਲਾਂ ਇਹ ਕਹਿੰਦੇ ਆ ਜੰਗ ਬਈ ਅੱਜ ਕੱਲ੍ਹ ਡੈਮੋਕਰੇਸੀ ਦਾ ਸਮਾਂ ਆ ਹਥਿਆਰਾਂ ਦਾ ਯੁੱਗ ਨੀਗਾ ਵਿੱਚੇ ਫਿਰ ਉਹਦੀ ਸਿਫਤ ਕਰਨ ਲੱਗ ਪੈਂਦੇ ਆ ਵਿੱਚੇ ਵਿਰੋਧ ਕਰਨ ਲੱਗ ਪੈਂਦੇ ਆਪ ਬੰਦੇ ਨੂੰ ਜਿਹੜਾ ਮਤਲਬ ਇਹਨਾਂ ਦੇ ਦਿਮਾਗ ਸੁਣਦਾ ਮਤਲਬ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਮਤਲਬ ਆਹ ਪਿਛਲੇ ਦਿਮਾਗ 'ਚ ਗੱਲ ਆਹ ਕਹੀ ਸੀ ਹੁਣ ਇਹਨੂੰ ਬਦਲ ਦਿੱਤਾ ਇੱਦਾਂ ਦੀਆਂ ਗੱਲਾਂ ਮਤਲਬ ਜਿਹੜੀਆਂ ਉਹ ਕਰਦੇ ਤੇ ਗੁਰੂ ਸਾਹਿਬਾਨ ਦੀ ਸ਼ਖਸੀਅਤ ਦੇ ਵਿੱਚ ਤੇ ਸ਼ਹੀਦ ਦੇ ਵਿੱਚ ਕੀ ਫਰਕ ਹੈ ਕਿਉਂਕਿ ਸ਼ਹੀਦ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਕਹਿੰਦੇ ਹਾਂ ਸ਼ਹੀਦ ਆਪਾਂ ਗੁਰੂ ਅਰਜਨ ਦੇਵ ਜੀ ਨੂੰ ਵੀ ਕਹਿੰਦੇ ਹਾਂ
ਤੇ ਬਾਕੀ ਗੁਰੂਆਂ ਨੂੰ ਜਿੱਦਾਂ ਉਹਨਾਂ ਦਾ ਤਰਕ ਆ ਵੀ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਆਪਾਂ ਸ਼ਹੀਦ? ਦੇਖੋ ਪਹਿਲਾਂ ਤਾਂ ਸਮਝਣ ਦੀ ਲੋੜ ਇਹ ਹੈਗੀ ਆ ਕਿ ਭਾਈ ਸਾਹਿਬ ਜਿਹੜੇ ਜਿਹੜਾ ਤਾਂ ਪੈਮਾਨਾ ਗੁਰੂਆਂ ਸਾਹਿਬਾਂ ਦਾ, ਹਾਂ, ਉਹਨਾਂ ਨੂੰ ਅਸੀਂ ਖਿੱਚ ਧੂ ਕੇ ਕਿਸੇ ਤਰੀਕੇ ਆਪਣੇ ਵਰਗਾ ਕਰਨਾ ਚਾਹੁੰਦੇ ਹਾਂ। ਪਹਿਲੀ ਤਾਂ ਗੱਲ ਇਹ ਆ, ਠੀਕ ਹੈ, ਜਿਹੜੇ ਗੁਰੂ ਸਾਹਿਬਾਨ ਆ ਜਿਹੜੇ ਉਹ ਦੇਖੋ ਉਹ ਉਹਨਾਂ ਤੇ ਲੱਗਦਾ ਆ ਗੁਰੂ ਨਾਨਕ ਪ੍ਰਗਟਿਆ। ਹਾਂਜੀ, ਜਿਹੜੇ ਪ੍ਰਗਟ ਹੋਣ ਵਾਲੇ ਆ ਜਿਹੜੇ ਜਿੱਦਾਂ ਗੁਰੂ ਅਰਜਨ ਦੇਵ ਪ੍ਰਤੱਖ ਹਾਰ, ਹਾਂਜੀ, ਉਹ ਜਨਮ ਮਰਨ ਦੇ ਗੇੜ ਚ ਤਾਂ ਪੈਂਦੇ ਹੀ ਨੀ ਗੇ। ਠੀਕ ਆ, ਉਹਨਾਂ ਦਾ ਕੋਈ ਜਨਮ ਮਰਨ ਨਾਲ ਕੋਈ ਖੇਡ ਹੈਗੀ ਹੋਈ ਨੀ ਗੀ। ਉਹ ਪਹਿਲਾਂ ਪਰਮਾਤਮਾ ਪੁਰਖ ਹੀ ਹੈਗੇ ਨੇ, ਅਕਾਲ ਪੁਰਖ ਨੇ, ਪਰਮ ਰੂਪ ਅਕਾਲ ਪੁਰਖ ਉਹ ਆਪ ਨੇ। ਉਹਨਾਂ ਨੂੰ ਤੁਸੀਂ ਸ਼ਹੀਦੀ ਨਾਲ ਜੋੜ ਲਓ, ਉਹਨਾਂ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਜੋੜ ਲਓ। ਜੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਏਦਾਂ ਸੋਚਦੇ ਆ ਜਾਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਏਦਾਂ ਸੋਚਦੇ ਆ, ਉਹਨਾਂ ਦੇ ਵਿੱਚ ਉਹਨਾਂ ਦੀ ਜੋਤ ਇੱਕ ਆ। ਜੇ ਗੁਰੂ ਆਪਣੇ ਪਾਤਸ਼ਾਹ ਸ਼ਹੀਦ ਹੋਏ ਤੇ ਦਸੇ ਪਾਤਸ਼ਾਹ ਹੀ ਸ਼ਹੀਦ ਆ। ਠੀਕ, ਉਹ ਜੋਤ ਨੂੰ ਪਹਿਲਾਂ ਤੁਹਾਨੂੰ ਸਮਝਣਾ ਪਊਗਾ, ਜੋਤ ਇੱਕ ਆ। ਠੀਕ ਹੈ, ਉਹ ਅਰਜਨ ਕਾਇਆ ਪਲਟ ਕੇ ਉਹ ਕਾਇਆ ਪਲਟੀ ਜਾਂਦੀ ਆ। ਮਤਲਬ ਉਹ ਇਹ ਕਹਿ ਰਿਹਾ ਵੀ ਜਿਹਨਾਂ ਨੇ ਸੰਘਰਸ਼ ਕੀਤਾ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਤੇ ਜਿੱਦਾਂ ਸ਼ਹੀਦ ਕਹਿੰਦੇ ਨੇਗੇ, ਤੇ ਜਣੇ ਖਣੇ ਨੂੰ ਸ਼ਹੀਦ ਕਹਿ ਰਹੇ ਆ। ਜਣਾ ਖਣਾ ਸ਼ਬਦ ਜਿਹੜਾ ਇਹ ਮਤਲਬ ਆਮ ਲੋਕਾਂ ਦੇ ਬਹੁਤ ਰੜਕਦਾ ਵੀ ਉਹ ਜਣਾ ਖਣਾ ਕਿਹਨੂੰ ਕਹਿ ਰਿਹਾ? ਜਦੋਂ ਜਥੇਬੰਦੀ ਦੀ ਗੱਲ ਕਰਦੇ ਆ ਉੱਥੇ ਕਹਿੰਦੇ ਕਿ ਜਣਾ ਖਣਾ ਸ਼ਹੀਦ ਆ। ਹਾਂ, ਜਣੇ ਖਣੇ ਦੇ ਵਿੱਚ ਹੁਣ ਭਾਈ ਭੁਪਿੰਦਰ ਸਿੰਘ ਵੀ ਆਉਂਦੇ ਆ। ਠੀਕ ਹੈ, ਪਹਿਲਾਂ ਤਾਂ ਉਹਨਾਂ ਦੇ ਬਾਰੇ ਇਹ ਕਲੀਅਰ ਕਰਨ। ਜਥੇਦਾਰ ਬਲਦੇਵ ਸਿੰਘ ਜੀ ਆ ਕਾਲ ਕਰ ਰਹੇ। ਲਓ ਜੀ, ਲੈ ਦੋ ਜੀ। ਹਾਂਜੀ ਹਾਂਜੀ ਜਹਿਦਾਰ ਸਾਹਿਬ ਇਹ ਲਫ਼ਜ਼ ਵਰਤੇ ਆ, ਅਸੀਂ ਤਾਂ ਕਹਿ ਰਹੇ, ਕੋਲੋਂ ਨੀ ਕਹਿ ਰਹੇ ਉਹਨਾਂ ਨੇ ਇਹ ਲਫ਼ਜ਼ ਵਰਤੇ। ਜੇ ਇੰਨਾ ਕੁਛ ਆਪਾਂ ਦੱਸਿਆ ਨਾ ਕੋਈ ਸਮਝਿਆ, ਟੁੱਟਾਂ ਨਾਲ ਦੱਸਿਆ ਕੀ ਹੋਣ। ਠੀਕ, ਤੇ ਮੈਂ ਬਾਕੀ ਤੁਹਾਡੀ ਸਾਰੀ ਟੀਮ ਦਾ, ਤੁਹਾਡਾ ਤੇ ਆਵਾਜ਼ੇ ਕੌਮ ਦੇ ਸਾਰੇ ਸਰੋਤਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਬਸ ਆਪਣੀ ਭਾਸ਼ਾ ਸਹੀ ਰੱਖੋ, ਭਾਸ਼ਾ ਨੂੰ ਨਾ ਵਿਗਾੜੋ। ਬਹੁਤ ਧੰਨਵਾਦ ਆਪ ਜੀ। ਬਹੁਤ 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 ਧੰਨਵਾਦ ਜੀ ਜਤਿੰਦਰ ਸਿੰਘ ਜੀ। ਦਰਸ਼ਕੋ, ਇਹ ਸਨ ਭਾਈ ਜਤਿੰਦਰ ਸਿੰਘ ਜੀ USA ਕੈਲੀਫੋਰਨੀਆ ਤੋਂ, ਅਮਰੀਕਾ ਤੋਂ, ਅਤੇ ਉਹਨਾਂ ਨੇ ਆਪਣੇ ਵਿਚਾਰ ਜੋ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਆਪਣੇ ਇੱਕ ਸਮਾਗਮ ਦੇ ਵਿੱਚ ਕੀਤੀ ਸੀ ਉਹਦਾ ਜਿਹੜਾ ਜੋ ਪ੍ਰਤੀਕਰਮ ਸੀ ਉਹਦੇ ਉੱਪਰ ਜਿਹੜੇ ਉਹਨਾਂ ਦੇ ਵਿਚਾਰ ਸਾਨੂੰ ਤੁਹਾਡੇ ਸਾਹਮਣੇ ਰੱਖੇ ਆ। ਸੋ ਵਿਚਾਰ ਉਹਨਾਂ ਦੇ ਆ, ਉਹਨਾਂ ਦੇ ਨਾਲ ਆਵਾਜ਼ੇ ਕੌਮ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਨਹੀਂ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ, ਦੇਖਦੇ ਰਹੋ ਆਵਾਜ਼ੇ ਕੌਮ TV। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।